ਰੀਮੋਡ ਦੇ ਦੌਰਾਨ ਆਪਣੀ ਪਤਨੀ ਨੂੰ ਸੈਕਿੰਡ ਹੈਂਡ ਕਹਿਣਾ ਪਤੀ ਨੂੰ ਮਹਿੰਗਾ ਪੈ ਜਾਂਦਾ ਹੈ ਇਹ ਮਹਿੰਗਾ ਕਰੋੜਾ ਰੁਪਿਆ ਦੇ ਵਿੱਚ ਵੀ ਪੈਂਦਾ ਹੈ ਤੇ ਨਾਲ ਹੀ ਪਤੀ ਨੂੰ ਇਹ ਹੁਕਮ ਹਾਈ ਕੋਰਟ ਦੇ ਦਿੰਦਾ ਹੈ ਕਿ ਹਰ ਮਹੀਨੇ ਆਪਣੀ ਪਤਨੀ ਨੂੰ ਗੁਜ਼ਾਰਾ ਪੱਤਾ ਪਤੀ 1 ਲੱਖ ਰੁਪਏ ਦੇਵੇਗਾ ਦਸਦੀਏ ਬੰਬੇ ਹਾਈ ਕੋਰਟ ਨੇ ਅਮਰੀਕਾ ਦੇ ਵਿੱਚ ਰਹਿਣ ਵਾਲੇ ਇੱਕ ਵਿਅਕਤੀ ਦੇ ਵੱਲੋਂ ਦਾਇਰ ਤਲਾਕ ਦੀ ਪਟੀਸ਼ਨ ਦੇ ਉੱਤੇ ਇਹ ਕਹਿੰਦਿਆ ਖਾਰਜ ਕਰ ਦਿੱਤਾ ਕਿ ਘਰੇਲੂ ਹਿੰਸਾ ਔਰਤ ਦੇ ਆਤਮ ਸਨਮਾਨ ਨੂੰ ਪ੍ਰਭਾਵਿਤ ਕਰਦੀ ਹੈ ਜਿਸ ਨੂੰ ਹਨੀਮੂਨ ਦੇ ਉੱਤੇ ਸੈਕੰਡ ਹੈਂਡ ਕਿਹਾ ਗਿਆ ਹੋਵੇ ਤੇ ਨਾਲ ਹੀ ਪਤੀ ਜਿਹੜਾ ਹੈ ਉਸ ਦਾ ਸਰੀਰਕ ਸ਼ੋਸ਼ਣ ਵੀ ਕਰਦਾ ਸੀ ਇਸ ਤੋਂ ਇਲਾਵਾ ਹਾਈ ਕੋਰਟ ਨੇ ਹੇਠਲੀ ਅਦਾਲਤ ਦੇ ਉਸ ਹੁਕਮ ਨੂੰ ਬਰਕਰਾਰ ਰੱਖਿਆ ਹੈ ਜਿਸ ਦੇ ਵਿੱਚ ਪਤੀ ਨੂੰ ਵਕ ਹੋਈ ਪਤਨੀ ਨੂੰ 3 ਕਰੋੜ ਰੁਪਏ ਮੁਆਵਜ਼ੇ ਦੇ ਵਜੋਂ ਦੇਣ ਦੇ ਦਿਸ਼ਾ ਨਿਰਦੇਸ਼ ਦਿੱਤੇ ਗਏ ਨੇ ਦਰਅਸਲ ਪਤੀ ਪਤਨੀ ਦੋਵੇਂ ਅਮਰੀਕਾ ਦੇ ਨਾਗਰਿਕ ਨੇ ਉਹਨਾਂ ਦਾ ਵਿਆਹ 3 ਜਨਵਰੀ 1994 ਨੂੰ ਮੁੰਬਈ ਦੇ ਵਿੱਚ ਹੋਇਆ ਸੀ ਉਹਨਾਂ ਦਾ ਦੂਸਰਾ ਵਿਆਹ ਅਮਰੀਕਾ ਦੇ ਵਿੱਚ ਵੀ ਹੋਇਆ ਪਰ 2005-06 ਦੇ ਆਸ-ਪਾਸ ਉਹ ਮੁੰਬਈ ਆ ਗਏ ਤੇ ਇੱਕ ਕਾਰ ਦੇ ਵਿੱਚ ਇਕੱਠੇ ਰਹਿਣ ਲੱਗ ਪਏ ਪਤਨੀ ਨੇ ਮੁੰਬਈ ਦੇ ਵਿੱਚ ਨੌਕਰੀ ਵੀ ਲੱਭ ਲਈ ਬਾਅਦ ਵਿੱਚ ਆਪਣੀ मां ਦੇ ਘਰ ਚਲੇ ਗਈ 2014-15 ਦੇ ਆਸ-ਪਾਸ ਪਤੀ ਅਮਰੀਕਾ ਵਾਪਸ ਚਲਾ ਗਿਆ ਤੇ 2017 ਦੇ ਵਿੱਚ ਉਸਨੇ ਉੱਥੋਂ ਦੀ ਅਦਾਲਤ ਵਿੱਚ ਤਲਾਕ ਦੇ ਲਈ ਪਟੀਸ਼ਨ ਦਾਇਰ ਕੀਤੀ ਤੇ ਪਤਨੀ ਨੂੰ ਸਮਨ ਪੇਜ ਦਿੱਤਾ ਉਸਨੇ ਸਾਲ ਉਸੇ ਸਾਲ ਪਤਨੀ ਨੇ ਮੁੰਬਈ ਮੈਜਿਸਟ੍ਰੇਟ ਅਦਾਲਤ ਦੇ ਵਿੱਚ ਕਰੇਲੂ ਹਿੰਸਾ ਐਕਟ ਦੇ ਤਹਿਤ ਪਟੀਸ਼ਨ ਦਾਇਰ ਕੀਤੀ ਕਿ 2018 ਦੇ ਵਿੱਚ ਅਮਰੀਕਾ ਦੀ ਇੱਕ ਅਦਾਲਤ ਨੇ ਜੋੜੇ ਨੂੰ ਤਲਾਕ ਦਾ ਫੈਸਲਾ ਸੁਣਾ ਦਿੱਤਾ ਪਤਨੀ ਦਾ ਪਤਨੀ ਨੇ ਦਾ ਇਸ ਮਾਮਲੇ ਦੀ ਸੁਣਵਾਈ ਦੌਰਾਨ ਦੱਸਿਆ ਹੈ ਕਿ ਨੇਪਾਲ ਦੇ ਵਿੱਚ ਜਦੋਂ ਹਨੀਮੂਨ ਤੇ ਗਏ ਸਨ ਉਸ ਦੌਰਾਨ ਉਸਦੇ ਪਤੀ ਨੇ ਉਸ ਨੂੰ ਸੈਕੰਡ ਹੈਂਡ ਕਹਿ ਕੇ ਪਰੇਸ਼ਾਨ ਕੀਤਾ ਕਿਉਂਕਿ ਪਤਨੀ ਦੀ ਪਹਿਲਾਂ ਵੀ ਮੰਗਣੀ ਹੋਈ ਸੀ ਪਰ ਉਹ ਟੁੱਟ ਗਈ ਸੀ ਇਸ ਤੋਂ ਬਾਅਦ ਪਤੀ ਨੇ ਉਸ ਨੂੰ ਇਹ ਅਪਮਾਨਜਨਕ ਟਿੱਪਣੀ ਕੀਤੀ ਸੀ ਬਾਅਦ ਵਿੱਚ ਅਮਰੀਕਾ ਦੇ ਵਿੱਚ ਪਤਨੀ ਨੇ ਇਹ ਦੋਸ਼ ਲਗਾਇਆ ਸੀ ਕਿ ਉਸ ਦਾ ਸਰੀਰਕ ਤੇ ਪਵਨਾਤਮਕ ਤੌਰ ਦੇ ਉੱਤੇ ਸ਼ੋਸ਼ਣ ਕੀਤਾ ਗਿਆ ਹੈ ਪਤੀ ਨੇ ਉਸ ਦੇ ਅਕਸ ਨੂੰ ਕੀਤਾ ਹੈ ਤੇ ਉਸ ਉਤੇ ਹੋਰਨਾ مردਾ ਦੇ ਨਾਲ ਨਜਾਇਜ਼ ਸੰਬੰਧ ਰੱਖਣ ਦੇ ਵੀ ਦੋਸ਼ ਲਗਾਏ ਨੇ ਪਤੀ ਨੇ ਕਥਿਤ ਤੌਰ ਦੇ ਉਤੇ ਉਸ ਨੂੰ ਰਾਤ ਨੂੰ ਉਦੋਂ ਤੱਕ ਸੌਣ ਨਹੀਂ ਦਿੱਤਾ ਜਦੋਂ ਤੱਕ ਉਸ ਦੇ ਨਜਾਇਜ਼ ਸੰਬੰਧ ਦਾ ਜਿਹੜਾ ਇਕਬਾਲ ਨਹੀਂ ਕਰ ਲਿਆ ਨਵੰਬਰ 1999 ਦੇ ਵਿੱਚ ਪਤੀ ਨੇ ਕਥਿਤ ਤੌਰ ਦੇ ਉਤੇ ਉਸ ਨੂੰ ਇੰਨੀ ਬਹਿਰਮੀ ਦੇ ਨਾਲ ਕੁੱਟਿਆ ਕਿ ਹੰਗਾਮਾ ਸੁਣ ਕੇ ਗੁਆਂਢੀਆਂ ਨੇ ਸਥਾਨਕ ਪੁਲਿਸ ਨੂੰ ਬੁਲਾਇਆ ਜਿਸ ਨੇ ਉਸ ਨੂੰ ਘਰੇਲੂ ਹਿੰਸਾ ਦੇ ਦੋਸ਼ ਦੇ ਵਿੱਚ ਗ੍ਰਿਫਤਾਰ ਕਰ ਲਿਆ ਪਤਨੀ ਨੇ ਦਾਵਾ ਕੀਤਾ ਹੈ ਕਿ ਉਸਨੇ ਪੁਲਿਸ ਦੇ ਕੋਲ ਸ਼ਿਕਾਇਤ ਦਰਜ ਨਹੀਂ ਕਰਵਾਈ ਪਰ ਉਸਨੇ ਉਸਦੇ ਚਿਹਰੇ ਦੇ ਉੱਤੇ ਸੱਟ ਦੇ ਨਿਸ਼ਾਨ ਦੇਖ ਕੇ ਅਤੇ ਉਹਨਾਂ ਆਪਣੇ ਤੌਰ ਦੇ ਉੱਤੇ ਕਾਰਵਾਈ ਕੀਤੀ ਉਸਦੇ ਭਰਾ ਦੀ ਬੇਨਤੀ ਤੋਂ ਬਾਅਦ ਉਸ ਨੂੰ ਜ਼ਮਾਨਤ ਦੇ ਦਿੱਤੀ ਗਈ 2008 ਦੇ ਵਿੱਚ ਸਾਹ ਕੋਟ ਕੇ ਮਾਰਨ ਦੀ ਵੀ ਪਤੀ ਦੇ ਵੱਲੋਂ ਕੋਸ਼ਿਸ਼ ਕੀਤੀ ਗਈ ਔਰਤ ਨੇ ਦੋਸ਼ ਲਗਾਇਆ ਹੈ ਕਿ 2008 ਦੇ ਵਿੱਚ ਉਸਦੇ ਪਤੀ ਨੇ ਸਰਹਾਣੇ ਦੇ ਨਾਲ ਉਸ ਦਾ ਸਾਹ ਕੁੱਟਣ ਦੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਉਹ ਆਪਣੀ ਮਾਂ ਦੇ ਘਰ ਚਲੀ ਗਈ ਉਸ ਨੇ ਆਪਣੀ ਪਤਨੀ ਦੇ ਤੇ ਵਿਆਹ ਦੌਰਾਨ ਕਿਸੇ ਹੋਰ ਔਰਤ ਨਾਲ ਵਿਆਹ ਕਰਵਾਣ ਦੇ ਵੀ ਦੋਸ਼ ਲਗਾਏ ਨਹੀਂ ਪਤੀ ਨੇ ਦੋਸ਼ਾ ਦਾ ਵਿਰੋਧ ਕੀਤਾ ਕਿਉਂਕਿ ਉਸ ਨੇ ਇਸ ਦੇ ਉਲਟ ਕੋਈ ਸਬੂਤ ਨਹੀਂ ਦਿੱਤਾ ਹੈ ਮੈਜਿਸਟ੍ਰੇਟ ਅਦਾਲਤ ਨੇ ਉਸ ਦੇ ਦਾਅਵਿਆਂ ਨੂੰ ਖਾਰਜ ਕੀਤਾ 2023 ਦੇ ਵਿੱਚ ਮੈਜਿਸਟ੍ਰੇਟ ਨੇ ਹੁਕਮ ਦਿੱਤਾ ਹੈ ਕਿ ਇਸ ਦੇ ਵਿੱਚ ਕਿਹਾ ਗਿਆ ਹੈ ਕਿ ਔਰਤ ਕਰੇਲੂ ਹਿੰਸਾ ਦੀ ਸ਼ਿਕਾਰ ਸੀ ਜਦੋਂ ਕਿ ਇਤਲੀ ਅਦਾਲਤ ਨੇ ਪਤਨੀ ਨੂੰ ਮੁੰਬਈ ਦੇ ਵਿੱਚ ਸੰਯੁਕਤ ਮਲਕੀਅਤ ਵਾਲੇ ਫਲੈਟ ਦੀ ਵਰਤੋਂ ਕਰਨ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਅਦਾਲਤ ਨੇ ਪਤੀ ਨੂੰ ਉਸ ਦੀ ਰਿਹਾਈਸ਼ ਦੇ ਬਦਲੇ ਪ੍ਰਬੰਧ ਕਰਨ ਜਾਂ ਕਰ ਦੇ ਕਿਰਾਏ ਦੇ ਵਿੱਚੋਂ 75000 ਰੁਪਏ ਪ੍ਰਤੀ ਮਹੀਨਾ ਦੇਣ ਅਦਾ ਕਰਨ ਲਈ ਵੀ ਕਿਹਾ ਗਿਆ ਅਦਾਲਤ ਨੇ ਪਤੀ ਨੂੰ 2017 ਤੋਂ ਪਤਨੀ ਨੂੰ 150000 ਰੁਪਏ ਪ੍ਰਤੀ ਮਹੀਨਾ ਗੁਜ਼ਾਰੇ ਦਾ ਪਤਾ ਕਰ ਭੁਗਤਾਨ ਕਰਨ ਦੇ ਨਾਲ ਨਾਲ 2 ਮਹੀਨਿਆਂ ਦੇ ਅੰਦਰ 3 ਕਰੋੜ ਰੁਪਏ ਦਾ ਮੁਆਵਜ਼ੇ ਦਾ ਭੁਗਤਾਨ ਕਰਨ ਦਾ ਨਿਰਦੇਸ਼ ਦਿੱਤਾ ਸੀ ਇਸ ਤੋਂ ਇਲਾਵਾ ਉਸ ਨੂੰ 50000 ਰੁਪਏ ਦਾ ਖਰਚਾ ਵੀ ਉਠਾਣਾ ਪਏਗਾ ਇਸ ਤੋਂ ਬਾਅਦ ਪਤੀ ਨੇ ਹੇਠਲੀ ਅਦਾਲਤ ਤੇ ਹੁਕਮ ਨੂੰ ਸੈਸ਼ਨ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਇਸ ਨੇ ਉਸ ਦੀ ਚੁਣੌਤੀ ਨੂੰ ਖਾਰਜ ਕਰ ਦਿੱਤਾ ਉਸ ਤੋਂ ਬਾਅਦ ਉਸ ਨੇ ਹਾਈ ਕੋਰਟ ਦੇ ਵਿੱਚ ਰਿਵਿਊ ਪਟੀਸ਼ਨ ਦਾਇਰ ਕੀਤੀ ਹਾਲਾਂਕਿ 3 ਕਰੋੜ ਦੇ ਮੁਆਵਜ਼ੇ ਨੂੰ ਬਰਕਰਾਰ ਰੱਖਦੇ ਹੋਏ ਬੰਬਈ ਹਾਈ ਕੋਰਟ ਨੇ ਇਸ ਗੱਲ ਦੇ ਉੱਤੇ ਜ਼ੋਰ ਦਿੱਤਾ ਕਿ ਰੇਲੂ ਹਿੰਸਾ ਨੇ ਪਤਨੀ ਦੇ ਆਤਮਸਮਾਨ ਨੂੰ ਪ੍ਰਭਾਵਿਤ ਕੀਤਾ ਤਾਂ ਪਤੀ ਨੂੰ ਪਾਰੀ ਪਹਿਚ ਜਾਂਦਾ ਹੈ ਆਪਣੀ ਪਤਨੀ ਨੂੰ ਹਨੀਮੂਨ ਦੌਰਾਨ ਸੈਕਿੰਡ ਹੈਂਡ ਕਹਿਣਾ ਤੇ ਉਸ ਤੋਂ ਬਾਅਦ ਪਤੀ ਲਗਾਤਾਰ ਆਪਣੀ ਪਤਨੀ ਦਾ ਸਰੀਰਕ ਸ਼ੋਸ਼ਣ ਕਰਦਾ ਰਿਹਾ ਪਾਵਨਾਤਮਕ ਤੌਰ ਦੇ ਉੱਤੇ ਵੀ ਉਸ ਦਾ ਸ਼ੋਸ਼ਣ ਕੀਤਾ ਗਿਆ ਕੁੱਟਮਾਰ ਕੀਤੀ ਗਈ ਕਈ ਵਾਰ ਉਸ ਦਾ ਕਤਲ ਕਰਨ ਦੀ ਕੋਸ਼ਿਸ਼ ਕੀਤੀ ਹੈ ਇਸ ਮਾਮਲੇ ਦੇ ਵਿੱਚ ਬੰਬੇ ਹਾਈ ਕੋਰਟ ਦੇ ਵੱਲੋਂ ਫੈਸਲਾ ਲਿਆ ਗਿਆ ਹੈ ਕਿ ਸਭ ਤੋਂ ਵੱਡੀ ਗੱਲ ਕੀ ਆਪਣੀ ਪਤਨੀ ਦੇ ਨਾਲ ਅਜਿਹਾ ਰਵੱਈਆ ਉਸ ਦੇ ਆਤਮ ਸਨਮਾਨ ਨੂੰ ਪ੍ਰਭਾਵਿਤ ਕਰਦਾ ਹੈ ਸੈਕਿੰਡ ਹੈਂਡ ਕਹਿਣਾ ਬਹੁਤ ਜ਼ਿਆਦਾ ਅਪਮਾਨਜਨਕ ਹੈ ਦੇ ਨਾਲ ਇਹ ਵੀ ਕਿਹਾ ਹੈ ਕਿ 3 ਕਰੋੜ ਰੁਪਏ ਜਿਹੜੇ ਉਸ ਨੂੰ ਮੁਆਵਜ਼ੇ ਦੇ ਵਜੋਂ ਦੇੜੇ ਪਵਣ ਪੈਣਗੇ ਇਸ ਮਾਮਲੇ ਦੇ ਉੱਤੇ ਤੁਹਾਡੀ ਕੀ ਰਾਏ ਹੈ ਕਮੈਂਟ ਦੇ ਜ਼ਰੀਏ ਪ੍ਰਤੀਕਿਰਿਆ ਦੇ ਸਕਦੇ ਹੋ ਹੋਰ ਤਾਜ਼ਾ ਅਪਡੇਟ ਜਾਣਨ ਲਈ ਜੁੜੇ ਰਹੋ ABC ਪੰਜਾਬ ਦੇ ਨਾਲ